ਆਪਣੀ ਟੈਸਟਮਨੀ ਦੇ ਵਿੱਚ ਦੱਸ ਰਹੇ ਨੇ ਕਿ ਅਚਾਨਕ ਇਹਨਾਂ ਦਾ ਸਾਹ ਇੱਕ ਜਕਦਮ ਹੀ ਬਹੁਤ ਜ਼ਿਆਦਾ ਘੱਟ ਆਉਣਾ ਸ਼ੁਰੂ ਹੋ ਗਿਆ। ਕੀ ਸਿਸਟਰ ਤੁਹਾਡੀ ਟੈਸਟਮਨੀ ਇੱਦਾਂ ਹੀ ਆ? ਹਾਂਜੀ। ਇਹਨਾਂ ਨੂੰ ਇਹ ਦੱਸ ਰਹੇ ਨੇ ਕਿ ਸਾਹ ਇਹਨਾਂ ਨੂੰ ਬਹੁਤ ਜ਼ਿਆਦਾ ਰਹਿਣ ਦੇ ਵਿੱਚ, ਸਾਹ ਲੈਣ ਦੇ ਵਿੱਚ ਇਹਨਾਂ ਨੂੰ ਕਾਫੀ ਜ਼ਿਆਦਾ ਪ੍ਰੋਬਲਮ ਹੋਈ ਔਰ ਇਹਨਾਂ ਨੇ ਲੋਕਲ 3 ਤੋਂ 4 ਡਾਕਟਰਾਂ ਨੂੰ ਚੈੱਕ ਕਰਵਾਇਆ ਔਰ ਜਦੋਂ ਇਹਨਾਂ ਨੇ ਡਾਕਟਰਾਂ ਨੂੰ ਚੈੱਕ ਕਰਵਾਇਆ ਤਾਂ ਇਹਨਾਂ ਨੂੰ ਕੁਝ ਵੀ ਫਰਕ ਨਹੀਂ ਸੀ ਲੱਗਾ। ਫਿਰ ਇਹ ਤੇ ਇਹਨਾਂ ਦੇ ਪਤੀ ਜੋ ਹਸਬੈਂਡ ਸੀਗੇ ਪੂਰੀ ਤਰ੍ਹਾਂ ਘਬਰਾ ਚੁੱਕੇ ਸੀ। ਫਿਰ ਇਹ ਆਪਣੀ ਇਹਨਾਂ ਦੇ ਪਤੀ ਆਪਣੀ ਵਾਈਫ ਨੂੰ ਬਟਾਲਾ ਹੋਸਪਿਟਲ ਦੇ ਵਿੱਚ ਲੈ ਕੇ ਗਏ, ਉੱਥੇ ਉਹਨਾਂ ਨੇ ਟੈਸਟ ਕੀਤੇ ਪਰ ਟੈਸਟਾਂ ਦੇ ਵਿੱਚ ਕੁਝ ਨਹੀਂ ਸੀ ਆਇਆ। ਅਤੇ ਫਿਰ ਇਹ ਆਪਣੀ ਵਾਈਫ ਨੂੰ ਅੰਮ੍ਰਿਤਸਰ ਗੁਰੂ ਨਾਨਕ ਹੋਸਪਿਟਲ ਲੈ ਗਏ, ਉੱਥੇ ਵੀ ਡਾਕਟਰਸ ਨੇ ਟੈਸਟ ਜਿਹੜੇ ਚੈੱਕ ਕੀਤੇ ਪਰ ਉਹਨਾਂ ਨੇ ਕਿਹਾ ਕਿ ਕੁਝ ਵੀ, ਉਹਨਾਂ ਨੇ ਕਾਫੀ ਜ਼ਿਆਦਾ ਟ੍ਰੀਟਮੈਂਟ ਕੀਤਾ ਪਰ ਉੱਥੇ ਕੋਈ ਫਰਕ ਨਹੀਂ ਲੱਗਾ। ਔਰ ਇਹਨਾਂ ਦੀ ਸਿਸਟਰ ਜੀ ਨੇ ਪਾਸਟਰ ਜੀ ਨੂੰ ਕਾਲ ਕੀਤੀ ਔਰ ਪਾਸਟਰ ਜੀ ਉਸੇ ਵੇਲੇ ਇਹਨਾਂ ਦੇ ਘਰ ਦੇ ਵਿੱਚ ਆਏ ਔਰ ਪਾਸਟਰ ਜੀ ਨੇ ਪ੍ਰੇਅਰ ਕੀਤੀ। ਜਿਹੜੀ ਪ੍ਰੋਬਲਮ 3 ਤੋਂ 4 ਡਾਕਟਰ ਚੇਂਜ ਕਰਕੇ ਨਹੀਂ ਸੀ ਹੀਲ ਹੋਈ, 2 ਹੋਸਪਿਟਲ ਚੇਂਜ ਕਰਕੇ ਨਹੀਂ ਸੀ ਹੋਈ, ਉਹੀ ਪ੍ਰੋਬਲਮ ਪ੍ਰਭੂ ਯਿਸੂ ਮਸੀਹ ਨੇ 10 ਤੋਂ 15 ਮਿੰਟ ਦੇ ਅੰਦਰ ਅੰਦਰ ਹੀਲ ਕੀਤੀ। ਤਾਰੀਫ ਕਰੋ ਜ਼ੋਰਦਾਰ ਗਵਾਹੀ ਦੇ ਲਈ, ਕਿਉਂਕਿ ਇੱਕ ਹੀ ਹੈ ਜਿਹੜਾ ਸਾਹ ਦੇ ਸਕਦਾ, ਉਹ ਆ ਪ੍ਰਭੂ ਯਿਸੂ ਮਸੀਹ। ਤਾਰੀਫ ਕਰੋ ਜ਼ੋਰਦਾਰ ਤਾਲੀਆਂ ਦੇ ਨਾਲ ਜੀਵਿਤ ਗਵਾਹੀ ਦੇ ਲਈ, ਤਾਰੀਫ ਕਰੋ ਜ਼ੋਰਦਾਰ 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 ਤਾਲੀਆਂ ਦੇ ਨਾਲ। ਥੈਂਕ ਯੂ ਲਾਰਡ ਜੀ। ਮੈਨੂੰ ਸਾਹ ਇੰਨਾ ਔਖਾ ਹੁੰਦਾ ਸੀ, ਜਦੋਂ ਕੋਈ 1 ਮਿੰਟ ਵਿੱਚ 10 ਵਾਰ ਸਾਹ ਲੈਂਦਾ ਮੈਨੂੰ ਬਹੁਤ ਹੀ ਜ਼ਿਆਦਾ ਔਖਾ ਹੁੰਦਾ ਸਾਹ ਲੈਣ ਵਿੱਚ, ਮੈਨੂੰ ਬੜੀ ਮੁਸ਼ਕਲ, ਮੈਂ ਬੜੀ ਪਰੇਸ਼ਾਨ ਹੋਈ। ਪਰ ਮੈਂ ਆਪਣੇ ਪਤੀ ਨੂੰ, ਮੇਰਾ ਪਤੀ ਡਾਵਾਂਡੋਲ ਹੋ ਗਿਆ, ਅਤੇ ਮੈਂ ਉਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਹੌਸਲਾ ਰੱਖੋ। ਅਤੇ ਫਿਰ ਮੈਂ ਉਹਨਾਂ ਨੇ ਫਿਰ ਕਿਹਾ ਕਿ ਨਹੀਂ, ਮੈਂ ਕਿਹਾ ਮੈਂ ਨਹੀਂ ਜਾਣਾ ਕਿਤੇ ਵੀ, ਅਤੇ ਉਹ ਕਹਿੰਦੇ ਨਹੀਂ ਤੈਨੂੰ ਡਾਕਟਰ ਕੋਲੋਂ ਕਰਨਾ ਵਾ। ਮੈਨੂੰ ਕਿੰਨੀਆਂ ਡਾਕਟਰਾਂ ਅਤੇ ਇਹਨਾਂ 4 ਡਾਕਟਰਾਂ ਕੋਲੋਂ ਲੈ ਕੇ ਗਏ, ਅਤੇ ਪਰ ਉਹਨਾਂ ਨੇ ਵੀ, ਇਹਨਾਂ 4 ਡਾਕਟਰਾਂ ਨੇ ਵੀ ਮੈਨੂੰ ਜਵਾਬ ਦਿੱਤਾ, ਕਿਸੇ ਨੇ ਹੱਥ ਨਹੀਂ ਪਾਇਆ। ਇੱਦਾਂ ਮੈਨੂੰ 3 ਦਿਨ ਘੁੰਮਾਉਂਦੇ ਰਹੇ, ਕਦੀ ਕਿਸੇ ਡਾਕਟਰ ਅੰਮ੍ਰਿਤਸਰ ਤੱਕ ਮੈਂ ਗਈ, ਮੇਰੀਆਂ ਰਿਪੋਰਟਾਂ ਹਜੇ ਵੀ ਘਰ ਪਈਆਂ, ਰਿਪੋਰਟਾਂ ਵਿੱਚ ਕੁਛ ਨਹੀਂ ਆਇਆ। ਅਤੇ ਬਾਅਦ 'ਚੋਂ ਪਾਸਟਰ ਜੀ ਗਏ, ਅਤੇ ਮੇਰੀ ਮਤਲਬ ਕਿ ਕੁਹਾਲੀ ਤੋਂ ਵਾ ਮੈਂ, ਅਤੇ ਉੱਥੋਂ ਹੀ ਮੇਰੀ ਵੱਡੀ ਭੈਣ ਆ, ਅਤੇ ਜਿਹਨੇ ਮੇਰਾ ਰਿਸ਼ਤਾ ਕਰਵਾਇਆ ਉਹੀ। ਫਿਰ ਉਹਨਾਂ ਨੇ ਪਾਸਟਰ ਜੀ ਨੂੰ ਫੋਨ ਕੀਤਾ ਕਿ ਪਾਸਟਰ ਜੀ ਤੁਸੀਂ ਕਦੋਂ ਆਓਗੇ, ਅਤੇ ਪਾਸਟਰ ਜੀ ਕਹਿੰਦੇ ਅਸੀਂ ਆਉਂਦੇ ਹਾਂ, ਅਤੇ ਕਹਿੰਦੇ ਕਿ ਜਦੋਂ ਸਾਡੀ ਗੁੜੀਆ ਮਰ ਗਈ ਤਾਂ ਤੁਸੀਂ ਫਿਰ ਆਓਗੇ, ਫਿਰ ਕੀ ਆਉਣ ਦਾ ਫਾਇਦਾ। ਅਤੇ ਪਾਸਟਰ ਜੀ ਉਸੇ ਤਰ੍ਹਾਂ ਹੀ ਸਾਡੇ ਘਰ ਚਲ ਗਏ, ਅਤੇ 10 ਮਿੰਟਾਂ ਬਾਅਦ ਉਸੇ ਵਕਤ ਮੈਨੂੰ ਸ਼ਿਫਾ ਮਿਲੀ। ਤਾਰੀਫ ਕਰੇ ਜ਼ੋਰਦਾਰ ਗਵਾਹੀ ਦੇ ਲਈ, ਕਿਉਂਕਿ ਇੱਕ ਹੀ ਹੈ ਜਿਹੜਾ ਸਾਹ ਦੇ ਸਕਦਾ, ਉਹ ਆ ਪ੍ਰਭੂ ਯਿਸੂ ਮਸੀਹ। ਤਾਰੀਫ ਕਰੋ ਜ਼ੋਰਦਾਰ ਤਾਲੀਆਂ ਦੇ ਨਾਲ ਜੀਵਿਤ ਗਵਾਹੀ ਦੇ ਲਈ।